ਪੰਜਾਬੀ ਮੁੰਡੇ ਨੂੰ ਦੁਬਈ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਤੇ ਮੁੰਡੇ ਦੀ ਗਲਤੀ ਸਿਰਫ ਇੰਨੀ ਸੀ ਕਿ ਉਸਨੇ ਕੰਮ ਤੇ ਜਾਣ ਸਮੇਂ ਕਿਸੇ ਦੇ ਕੋਲੋਂ ਲਿਫਟ ਮੰਗੀ ਸੀ। ਪਰ ਕਿਹਾ ਜਾ ਰਿਹਾ ਕਿ ਜਿਸ ਵਿਅਕਤੀ ਤੋਂ ਲਿਫਟ ਮੰਗੀ ਉਸਦੇ ਕੋਲ ਕਾਰ ਚੋਰੀ ਦੀ ਸੀ ਤੇ ਸਾਹਮਣੇ ਪੁਲਿਸ ਦਾ ਨਾਕਾ ਸੀ, ਪਰ ਜੋ ਕਾਰ ਚਾਲਕ ਸੀ ਉਹ ਅੱਧ ਵਿਚਕਾਰ ਹੀ ਕਾਰ ਨੂੰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ ਤੇ ਪੁਲਿਸ ਨੇ ਪੰਜਾਬੀ ਮੁੰਡੇ ਨੂੰ ਹੀ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਹੈ। ਤਾਂ ਦੱਸ ਦਈਏ ਕਿ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਪਰਿਵਾਰਕ ਮੈਂਬਰਾਂ ਨੂੰ ਇਸ ਗੱਲ ਦੀ ਸੱਚਾਈ 2 ਸਾਲ ਬਾਅਦ ਪਤਾ ਲੱਗੀ ਹੈ, ਜਿਸ ਤੋਂ ਬਾਅਦ ਹੁਣ ਪਰਿਵਾਰਕ ਮੈਂਬਰਾਂ ਨੇ ਵਿਦੇਸ਼ ਮੰਤਰਾਲੇ ਅਤੇ ਸਮਾਜ ਸੇਵੀ ਡਾਕਟਰ SP ਸਿੰਘ ਓਬਰਾਏ ਦੇ ਕੋਲ ਮਦਦ ਦੀ ਗੁਹਾਰ ਲਗਾਈ ਹੈ। ਤਾਂ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਅੰਮ੍ਰਿਤਸਰ ਦੇ ਨੌਜਵਾਨ ਨੂੰ ਦੁਬਈ ਦੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਚੰਗੇ ਭਵਿੱਖ ਦੇ ਲਈ ਰੋਜ਼ੀ ਰੋਟੀ ਕਮਾਉਣ ਦੇ ਲਈ ਇਹ ਨੌਜਵਾਨ 2 ਸਾਲ ਪਹਿਲਾਂ ਦੁਬਈ ਗਿਆ ਸੀ ਤੇ ਜਦੋਂ ਇਹ ਕੰਮ ਤੇ ਜਾਣ ਲੱਗਿਆ ਤਾਂ ਇਸਨੇ ਕਿਸੇ ਤੋਂ ਲਿਫਟ ਮੰਗੀ ਤੇ ਲਿਫਟ ਦੇਣ ਵਾਲਾ ਜੋ ਵਿਅਕਤੀ ਸੀ ਉਸਨੇ ਪੁਲਿਸ ਦਾ ਨਾਕਾ ਦੇਖ ਕੇ ਆਪਣੀ ਗੱਡੀ ਛੱਡ ਕੇ ਫਰਾਰ ਹੋ ਗਿਆ। ਜਦੋਂ ਪੁਲਿਸ ਨੇ ਇਸ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਤਾਂ ਇਸ ਨੂੰ ਪਤਾ ਲੱਗਾ ਕਿ ਜਿਸ ਗੱਡੀ ਦੇ ਵਿੱਚ ਇਸਨੇ ਲਿਫਟ ਮੰਗੀ ਸੀ ਉਹ ਚੋਰੀ ਦੀ ਹੈ, ਜਿਸ ਤੋਂ ਬਾਅਦ ਪੁਲਿਸ ਨੇ ਹੁਣ ਇਸ ਨੂੰ ਹੀ ਗ੍ਰਿਫਤਾਰ ਕਰ ਲਿਆ ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੁਣ ਸਰਕਾਰ ਦੇ ਕੋਲ ਗੁਹਾਰ ਲਗਾਈ ਜਾ ਰਹੀ ਹੈ। ਤਾਂ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਕਿ 2 ਸਾਲ ਪਹਿਲਾਂ ਇੱਕ ਨੌਜਵਾਨ ਦੁਬਈ ਗਿਆ ਸੀ ਜਿੱਥੇ ਹੁਣ ਉਸਨੂੰ ਜੇਲ੍ਹ ਭੇਜ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਨੂੰ ਇਸ ਗੱਲ ਦਾ ਪਤਾ 2 ਸਾਲਾਂ ਬਾਅਦ ਚੱਲਿਆ ਤੇ ਹੁਣ ਪਰਿਵਾਰਕ ਮੈਂਬਰਾਂ ਦੇ ਵੱਲੋਂ ਸਰਕਾਰ ਨੂੰ ਮਦਦ ਦੀ ਗੁਹਾਰ ਲਗਾਈ ਗਈ ਹੈ। ਇਹ ਮੇਰਾ ਮੁੰਡਾ ਗਿਆ ਹੈ ਦੁਬਈ, 2 ਸਾਲ ਹੋ ਗਏ। ਕੀ ਨਾਮ ਇਹਨਾਂ ਦਾ? ਬਲਜਿੰਦਰ ਸਿੰਘ ਜੀ। ਤੇ ਕੀ ਪ੍ਰੋਬਲਮ ਕੀ ਆਈ ਹੁਣ? ਇਹ ਗਿਆ ਕੰਮ ਤੇ ਜਾਣ ਡੇ ਕਿ ਇਹਨਾਂ ਬਹਿ ਗਿਆ ਲਿਫਟ ਵਿੱਚ ਗੱਡੀ ਤੇ, ਤੋ ਗੱਡੀ ਚੋਰੀ ਦੀ ਤੋ ਉਹਦੇ ਕਰਕੇ ਫੜੀ। ਹੁਣ ਕਿੱਥੇ ਆਓ? ਜੇਲ੍ਹ ਵਿੱਚ ਜੀ। ਇਸ ਸੰਬੰਧੀ ਕਿਤੇ ਧਿਆਨ 'ਚ ਲਿਆਉਂਦਾ ਪਹਿਲਾਂ ਵੀ? ਨਹੀਂ ਜੀ। ਕੀ ਮੰਗ ਕੀ ਕਰਦੇ ਹੁਣ? ਹੁਣ ਇਹੋ ਮੰਗ ਕਰਦੇ ਕਿ ਸਾਡਾ ਬੱਚਾ ਆ ਜਾਣਾ ਚਾਹੀਦਾ ਸੀ ਗੌਰਮੈਂਟ 'ਚ ਵੀ ਸਾਰਿਆਂ ਨੇ। ਮਾਮਲਾ ਸਾਡਾ ਬੇਟਾ ਸੀ ਜੀ ਜਿਹੜਾ ਦੁਬਈ ਗਿਆ ਸੀ, ਅਤੇ ਦੁਬਈ ਗਿਆ ਉੱਥੇ ਕੰਮ ਕਾਰ ਵਾਸਤੇ, ਅਤੇ ਉਹ ਗੱਡੀ 'ਚ ਬੈਠ ਗਿਆ ਅਤੇ ਗੱਡੀ ਜਿਹੜੀ ਉਹ ਚੋਰੀ ਦੀ ਸੀ ਅਤੇ ਜਿਹੜਾ ਗੱਡੀ ਵਾਲਾ ਡਰਾਈਵਰ ਸੀ ਉਹ ਭੱਜ ਗਿਆ ਅਤੇ ਉਹ ਵਿੱਚ ਗੱਡੀ 'ਚ ਬੈਠਾ ਰਿਹਾ। ਇਸ ਮਾਮਲੇ ਵਿੱਚ ਉਹ ਇਸ ਵੇਲੇ ਜੇਲ੍ਹ ਵਿੱਚ ਆ। ਕੀ ਨਾਂ? ਕੀ ਬੇਟੇ ਦਾ? ਬੇਟੇ ਦਾ ਨਾਂ ਮਨਜਿੰਦਰ ਸਿੰਘ। ਕਿਹੜੀ ਜੇਲ੍ਹ ਦੇ ਵਿੱਚ ਆ? ਜੇਲ੍ਹ ਦਾ ਪਤਾ ਨਹੀਂ ਜੀ ਸਾਨੂੰ ਜੀ। ਜੀ ਇਹੋ ਹੈ ਵੀ ਤਰੀਕ ਪੈ ਜਾਂਦੀ ਆ, ਫਿਰ ਉਹ ਦੱਸਦਾ ਵੀ ਤਰੀਕ ਪੈ ਗਈ ਆ ਮਹੀਨੇ 2 ਮਹੀਨਿਆਂ ਦੀ, ਉਸੇ ਵੇਟ ਦੇ ਵਿੱਚ ਇਹ ਬੈਠੇ ਆ। ਹੁਣ ਕੀ ਮੰਗ ਕੀ ਕਰਦੇ ਹੋ? ਮੰਗ ਇਹ ਕਰਦੇ ਹਾਂ ਕਿ ਸਾਡਾ ਬੇਟਾ ਜਿਹੜਾ ਘਰ ਲਿਆਂਦਾ ਜਾਵੇ ਸਰਕਾਰ ਗੜੀ, ਬੇਨਤੀ ਕਰਦੇ ਹਾਂ। ਇਸ ਸੰਬੰਧੀ ਕਿਸੇ ਨੂੰ ਮਿਲੇ ਹੋ ਸਰਕਾਰ ਦੇ ਜਾਂ ਕਿ ਸਰਕਾਰੀ ਕਰਮਚਾਰੀ ਨੂੰ? ਨਹੀਂ ਸਰ ਜੀ। ਅਤੇ ਕੋਈ ਲਿਖਤੀ ਰੂਪ 'ਚ ਦਿੱਤਾ ਜੀ ਆਪਾਂ ਕਿਸੇ ਮਹਿਕਮੇ ਨੂੰ? ਨਹੀਂ ਜੀ, ਕਿਸੇ ਨੂੰ ਨਹੀਂ ਦਿੱਤਾ ਹੈ।